ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦੀ ਰਾਜੀ ਖੁਸ਼ੀ ਦੀ ਅਰਦਾਸ ਕਰਦੇ ਹੋਏ ਗੱਲ ਸ਼ੁਰੂ ਕਰਦੇ ਹਾਂ ਅਤੇ ਅੱਜ ਦਾ ਦਿਨ 15 ਤਰੀਕ ਅੱਜ ਦਾ ਦਿਨ ਸੀਗਾ ਕੋਰਟ ਦੇ ਫੈਸਲੇ ਦਾ ਆਰਡਰ ਹੋਣਾ ਸੀਗਾ ਅੱਜ ਅਤੇ ਮੈਂ ਇਸ ਸਮੇਂ ਦਿੱਲੀ ਦੇ ਮੋਤੀ ਬਾਗ ਸਾਹਿਬ ਗੁਰਦੁਆਰੇ ਤੋਂ ਮੈਂ ਨਿਕਲ ਰਿਹਾ ਆਹ ਸਾਹਮਣੇ ਗੁਰਦੁਆਰਾ ਮੋਤੀ ਬਾਗ ਸਾਹਿਬ ਹੈ ਇੱਧਰੋਂ ਨਿਕਲ ਰਿਹਾ ਅਤੇ ਅੱਜ 22 ਦੀ ਆਰਡਰ ਸੀਗੇ ਜ਼ਮਾਨਤ ਦੇ ਅਤੇ ਸਵੇਰ ਦਾ ਉੱਚ ਦਿਮਾਗ ਫਸਿਆ ਹੋਇਆ ਸੀਗਾ 4 ਵਜੇ ਦਾ ਟਾਈਮ ਸੀਗਾ ਪਹਿਲਾਂ ਅਤੇ ਫਿਰ 4 ਤੋਂ 5 5 ਤੋਂ 6 7 ਇਸ ਸਮੇਂ ਮੇਰੇ ਖਿਆਲ 9:30 ਹੋ ਚੁੱਕੇ ਆ 9:25 ਹੋ ਗਏ ਅਤੇ ਅਜੇ ਤੱਕ ਜਿਹੜਾ 5:30 ਸਿਮਰ ਬਾਈ ਨਾਲ ਗੱਲ ਹੋਈ ਸੀਗੀ ਅਤੇ ਉਦੋਂ ਦਾ ਸਿਮਰ ਬਾਈ ਡਾਇਰੈਕਟ ਦੇਖਦੇ ਪਏ ਨੇ ਅਤੇ ਜੱਜ ਸਾਹਿਬ ਜਿਹੜੇ ਸੀ ਉਹ ਆਰਡਰ ਮਾਨਯੋਗ ਜੱਜ ਸਾਹਿਬ ਆਰਡਰ ਲਿਖ ਰਹੇ ਸੀਗੇ ਅਤੇ ਉਹਨਾਂ ਨੇ ਆਰਡਰ ਹਾਲੇ ਤੱਕ ਉਹ ਅਨਾਊਂਸ ਨਹੀਂ ਕੀਤਾ ਹਾਲੇ ਬਾਹਰ ਨਹੀਂ ਕੱਢਿਆ ਆਰਡਰ ਉਹ ਲਿਖੀ ਜਾ ਰਹੇ ਨੇ ਹਾਲੇ ਤੱਕ ਅਤੇ ਇੱਕ ਚੀਜ਼ ਬੜੇ ਸਾਰੇ ਚੈਨਲਾਂ ਨੇ ਇਹ ਬੋਲ ਦਿੱਤਾ ਕਿ ਜ਼ਮਾਨਤ ਹੋ ਗਈ ਹੈ ਇੱਦਾਂ ਨਹੀਂ ਸੀਗਾ ਪਤਾ ਨਹੀਂ ਕਿਹੜੇ ਉਹਨਾਂ ਨੂੰ ਸੋਰਸ ਤੋਂ ਪਤਾ ਲੱਗਿਆ ਕਿ ਜ਼ਮਾਨਤ ਹੋ ਗਈ ਕੋਈ ਚੈਨਲਾਂ ਤਾਂ ਮੈਂ ਦੇਖ ਰਿਹਾ ਸੀਗਾ ਲੋਕਾਂ 'ਤੇ ਆ ਰਹੇ ਸੀਗੇ ਕਿ ਯਾਰ ਦੇਖੋ ਫਲਾਣੇ ਚੈਨਲ 'ਤੇ ਆ ਰਿਹਾ ਕਿ ਜ਼ਮਾਨਤ ਹੋ ਗਈ ਉਹ ਸਾਰਾ ਫੇਕ ਹੈ ਕੰਮ ਅਜੇ ਵੀ ਵਿੱਚ ਹੀ ਅਟਕਿਆ ਹੋਇਆ ਲੇਕਿਨ ਸ਼ਾਮ ਤੋਂ ਇੱਕ ਇਹ ਨਿਊਜ਼ ਸੋਸ਼ਲ ਮੀਡੀਆ ਉੱਤੇ ਬਹੁਤ ਹੋ ਗਿਆ ਸੀਗਾ ਕਿ ਹੋ ਗਈ ਕਿਉਂਕਿ ਹੋਇਆ ਇੱਦਾਂ ਗਰੁੱਪ ਦੇ ਵਿੱਚ ਸਾਡੇ ਇੱਕ ਸੱਜਣ ਨੇ ਉਹਨਾਂ ਨੇ ਇਹ ਪੁੱਛਿਆ ਸੀ ਕਿ ਦੀਪ ਬਾਈ ਦੀ ਜ਼ਮਾਨਤ ਹੋ ਗਈ ਲੇਕਿਨ ਉਹ ਪਿੱਛੇ ਕੁਐਸਚਨ ਮਾਰਕ ਨਹੀਂ ਲਾਇਆ ਸੀ ਉਹਨਾਂ ਨੇ ਅਤੇ ਇਸ ਸੈਂਟੈਂਸ ਨੂੰ ਪੜ੍ਹ ਕੇ ਯਾਦ ਗਿਰੇਵਾਲ ਭਾਅ ਜੀ ਨੇ ਉਸੇ ਵੇਲੇ ਬੜਕਾਂ ਮਾਰਤੀਆਂ ਕਿ ਲਾਈਵ ਹੋ ਕੇ ਉਹਨਾਂ ਨੇ ਕਹਿਤਾ ਕਿ ਵੀ ਜ਼ਮਾਨਤ ਹੋ ਗਈ ਅਤੇ ਉਹ ਜਦ ਉਹਨਾਂ ਨੂੰ ਪਤਾ ਲੱਗਿਆ ਅਤੇ ਕਿ ਬਈ ਉਹ ਤਾਂ ਪੁੱਛਿਆ ਸੀ ਦੱਸਿਆ ਨਹੀਂ ਸੀ ਉਹਨਾਂ ਨੂੰ ਲੱਗਿਆ ਕਿ ਦੱਸ ਰਹੇ ਨੇ ਕਿ ਦੀਪ ਬਾਈ ਦੀ ਜ਼ਮਾਨਤ ਹੋ ਗਈ ਆ ਟਾਈਟਲ ਵੀ ਫਿਰ ਮੈਂ ਅੱਜ ਦਾ ਜਿਹੜਾ ਵੀਡੀਓ ਹੈਗਾ ਇਸ ਦਾ ਵੀ ਟਾਈਟਲ ਆਹੀ ਰੱਖਿਆ ਲੇਕਿਨ ਮੈਂ ਪਿੱਛੇ ਕੁਐਸਚਨ ਮਾਰਕ ਲਾਇਆ ਤਾਂ ਉਹ ਬਾਈ ਸਾਡੇ ਕੁਐਸਚਨ ਮਾਰਕ ਲਾਉਣਾ ਭੁੱਲ ਗਏ ਸੀ ਬਿਨਾਂ ਕੁਐਸਚਨ ਮਾਰਕ ਦੇ ਆਂਸਰ ਹੋ ਜਾਂਦਾ ਕਿ ਵੀ ਜ਼ਮਾਨਤ ਹੋ ਗਈ ਪਰ ਹੋਈ ਨਹੀਂ ਸੀ ਹਾਲਾਂਕਿ ਆਪਣਾ ਯਾਦ ਗਿਰੇਵਾਲ ਸਾਹਿਬ ਨੇ ਆਪਣਾ ਵੀਡੀਓ ਡਿਲੀਟ ਵੀ ਕਰ ਦਿੱਤਾ ਪਰ ਉਹ 5-7 ਮਿੰਟਾਂ ਵਿੱਚ ਹੀ ਕਿਉਂਕਿ ਅੱਜ ਕੱਲ੍ਹ ਦੀਪ ਬਾਈ ਦੀ ਐਸੀ ਚੀਜ਼ ਹੈ ਕਿ ਉਹ ਕੁਛ ਵੀ ਚੀਜ਼ ਜਿਹੜੀ ਉਹ ਵਾਇਰਲ ਇੱਦਾਂ ਹੁੰਦੀ ਹੈ ਅੱਗ ਦੀ ਤਰ੍ਹਾਂ ਤਾਂ ਵਾਇਰਲ ਬਹੁਤ ਜ਼ਿਆਦਾ ਹੋ ਗਈ ਅਤੇ ਮੇਰੇ ਬੱਚਿਆਂ ਦੇ ਵੀ ਮੈਨੂੰ ਫੋਨ ਆ ਰਹੇ ਬੱਚਿਆਂ ਦੇ ਵੀ ਉਹ ਆ ਰਹੇ ਕਿ ਨਹੀਂ ਕਿ ਪਾਪਾ ਹੋ ਗਈ ਹੈ ਮੈਂ ਕਿਹਾ ਯਾਰ ਨਹੀਂ ਹੋਈ ਕਹਿੰਦੀ ਆਹ ਦੇਖੋ ਆਹ ਨਿਊਜ਼ ਆ ਰਹੀ ਹੈ ਫਲਾਣੇ ਉੱਤੇ ਆ ਰਿਹਾ ਅਤੇ ਅਜੇ ਹੋਈ ਨਹੀਂ ਹੈ ਹਾਲੇ 9:30 ਵੱਜ ਗਿਆ ਲੇਕਿਨ ਔਰ ਦੂਸਰੀ ਚੀਜ਼ ਬੜੇ ਸਾਰੇ ਚੈਨਲ ਜਿਹੜੇ ਆ ਉਹ ਕੋਰਟ ਦੇ ਬਾਹਰ ਖੜ੍ਹੇ ਆ ਕੋਰਟ ਜਦਕਿ ਬੰਦ ਹੈ ਕੋਰੋਨਾ ਦੇ ਚੱਕਰ ਵਿੱਚ ਦਿੱਲੀ ਦੇ ਕੋਰਟ ਦਾ ਕੋਈ ਮਤਲਬ ਨਹੀਂ ਹੈਗਾ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਸਾਰਾ ਕੰਮ ਚੱਲਦਾ ਪਿਆ ਅਤੇ ਡਿਜੀਟਲੀ ਹੀ ਆਰਡਰ ਜਿਹੜੇ ਨੇ ਉਹ ਅਨਾਊਂਸ ਹੋਣਗੇ ਉਹ ਕੇਸ ਦੇ ਮੁਤਲਕ ਇੱਕ ਪੋਰਟਲ ਹੈਗਾ ਜਿਹੜਾ ਕਿ ਮਨਦੀਪ ਭਾਅ ਜੀ ਔਰ ਸਿਮਰ ਭਾਅ ਜੀ ਲਗਾਤਾਰ ਉਸ ਨੂੰ ਵਾਚ ਕਰ ਰਹੇ ਆ ਅਤੇ ਜਿੱਦਾਂ ਹੀ ਉਸੇ ਪੋਰਟਲ ਦੇ ਉੱਤੇ ਉਹ ਅਪਲੋਡ ਹੋਏਗਾ ਉਹ ਲਗਾਤਾਰ ਦੇਖਦੇ ਪਏ ਨੇ ਜਿੱਦਾਂ ਹੀ ਅਪਲੋਡ ਹੋਇਆ ਤਾਂ ਉਸੇ ਵੇਲੇ ਹੀ ਦੱਸਿਆ ਜਾਊਗਾ ਅਤੇ ਹੁਣ ਉਮੀਦ ਮੇਰੇ ਖਿਆਲ ਨਾਲ ਘੱਟ ਹੈ ਕਿ ਇਸ ਵਕਤ ਜੱਜ ਸਾਹਿਬ ਆਪਣੀ ਜਜਮੈਂਟ ਜਿਹੜੀ ਹੈਗੀ ਆ ਯੈਸ ਔਰ ਨੋ ਦੀ ਜਿਹੜੀ ਉਹ ਦੇਣ ਮੈਨੂੰ ਲੱਗਦਾ ਹੈ ਕਿ ਸਵੇਰੇ 10 ਵਜੇ ਇਹ ਜਜਮੈਂਟ ਆਊਗੀ ਔਰ ਮੈਨੂੰ ਲੱਗਦਾ ਕਿ ਇਸ ਵਕਤ ਕਿ ਜਿਹੜੀ ਯਾਦ ਗਿਰੇਵਾਲ ਭਾਅ ਜੀ ਦਾ ਜਿਹੜਾ ਲਾਈਵ ਸੀਗਾ ਉਹ ਸੱਚਾ ਹੋ ਜਾਣਾ ਅਤੇ ਕੱਲ੍ਹ ਸ਼ਾਮ ਤੱਕ
ਆਪਣਾ ਉੱਪਰ ਸ਼ੇਅਰ ਬਾਹਰ ਹੋਣਾ ਚਾਹੀਦਾ ਤਿਹਾੜ ਤੋਂ। ਅਤੇ ਇੰਨਾ ਹੀ ਸੀਗਾ ਬਸ, ਬਾਕੀ ਹਾਲੇ ਤੱਕ ਹੋਈ ਨਹੀਂ ਹੈ। ਖਬਰ ਇਹੀ ਹੈ ਕਿ ਜਿਹੜਾ ਵੀ ਚੈਨਲ ਚੁਣਨ ਲਈ ਜਾਂ ਜਿਹੜੇ ਵੀ ਉਹ ਇੱਕ ਕੁਸ਼ਚਨ ਮਾਰਕ ਦੀ ਕਮੀ ਦੀ ਵਜ੍ਹਾ ਨਾਲ ਉਹ ਖਬਰ ਜਿਹੜੀ ਉਹ ਬਣ ਗਈ, ਅਤੇ ਫਿਰ ਉਸ ਤੋਂ ਬਾਅਦ ਚੈਨਲਾਂ ਚੂਨਲਾਂ ਨੇ ਉਹ ਚਲਾ ਦਿੱਤੀ। ਹਾਲੇ ਸਵੇਰੇ ਜਿਹੜਾ ਹੈਗਾ, ਸਵੇਰੇ 10 ਵਜੇ ਦੀਪ ਬਾਈ ਦੇ ਲਈ ਇਹ ਖਬਰ, ਮੈਨੂੰ ਲੱਗਦਾ ਕਿ ਜ਼ਮਾਨਤ ਕੱਲ੍ਹ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਸਵੇਰੇ 10 ਵਜੇ ਖਬਰ ਬੜਕਾ ਮਾਰਨ ਵਾਲੀ ਆਵੇ, ਅਤੇ ਬਸ ਫਿਰ ਕੱਲ੍ਹ ਸ਼ਾਮੀ ਬਾਈ ਨੂੰ ਰਿਸੀਵ ਕਰੀਏ ਤਿਹਾੜ ਤੋਂ, ਉਹਦੇ ਗੇਟ ਤੋਂ, ਅਤੇ ਫਿਰ ਪੰਜਾਬ ਨੂੰ ਚਾਲੇ ਪਾਈਏ। ਸਤਿ ਸ਼੍ਰੀ ਅਕਾਲ ਜੀ, ਇਹੀ ਅੱਜ ਦੀ ਇੰਨਾ ਕੁ ਹੈਗਾ। ਸਵੇਰੇ 10 ਵਜੇ ਦੁਬਾਰਾ ਜੋ ਵੀ ਹੁੰਦਾ, ਰਾਤੀ ਹੋਇਆ ਅਤੇ ਰਾਤੀ ਦੁਬਾਰਾ ਲਾਈਵ ਹੋ ਜਾਵਾਂਗੇ, ਨਹੀਂ ਤਾਂ ਫਿਰ ਸਵੇਰੇ ਲਾਈਵ ਹੋ ਕੇ ਸੂਰਜ ਚੜ੍ਹੇਗਾ ਅਤੇ ਰੋਸ਼ਨੀ ਆਪਣੇ ਆਪ ਹੋ ਹੀ ਜਾਣੀ ਹੈ ਵੈਸੇ। ਅਤੇ ਸਵੇਰੇ ਕਰਦੇ ਹਾਂ ਗੱਲ। ਚੰਗਾ ਜੀ, ਸਤਿ ਸ਼੍ਰੀ ਅਕਾਲ।